ਨੈਕਸਟ ਜਿਹੜੀ ਸਕਿੱਲ ਹੈ ਉਹ ਸਕਿੱਲ ਆਫ ਕੁਸ਼ਨਿੰਗ। ਵਿਦਿਆਰਥੀ ਅਧਿਆਪਕ ਦਾ ਰੋਲ ਨੰਬਰ ਵਿਸ਼ਾ ਉਪਵਿਸ਼ਾ, ਉਪਵਿਸ਼ਾ ਇਹਦੇ ਵਿੱਚ ਲਿਆ ਹੈ ਮੈਮਰੀ, ਕਲਾਸ ਕਿਹੜੀ ਹੈ ਮਿਤੀ ਸਮਾਂ, ਉਸ ਤੋਂ ਬਾਅਦ ਤੁਸੀਂ ਇਹਦੇ ਲਈ ਦੋ ਕਾਲਮ ਬਣਾ ਲੈਣੇ ਨੇ ਵਿਦਿਆਰਥੀ ਅਧਿਆਪਕ ਕਿਰਿਆ ਅਤੇ ਵਿਦਿਆਰਥੀ ਕਿਰਿਆ। ਅਤੇ ਵਿਦਿਆਰਥੀ ਅਧਿਆਪਕ ਕਿਰਿਆ ਦੇ ਵਿੱਚ ਤੁਸੀਂ ਕੁਸ਼ਚਨ ਲਿਖਣੇ ਹੈ ਅਤੇ ਵਿਦਿਆਰਥੀ ਕਿਰਿਆ ਦੇ ਵਿੱਚ ਤੁਸੀਂ ਇਹਨਾਂ ਹੀ ਕੁਸ਼ਚਨ ਦੇ ਇੱਧਰ ਆਨਸਰ ਲਿਖਣੇ ਹੈ। ਜਿਵੇਂ ਕਿ ਜੋ ਤੁਹਾਡਾ ਟੋਪਿਕ ਹੈ ਮੈਮਰੀ, ਤਾਂ ਸਾਰੇ ਜਿਹੜੇ ਕੁਸ਼ਚਨ ਨੇ ਮੈਮਰੀ ਦੇ ਨਾਲ ਹੀ ਰਿਲੇਟਡ ਹੋਣਗੇ, ਜਿਵੇਂ ਕਿ ਮੈਮਰੀ ਕੀ ਹੈ, ਮੈਮਰੀ ਦੀ ਵਰਤੋਂ ਕਿਵੇਂ ਹੁੰਦੀ ਹੈ, ਮੈਮਰੀ ਦੀਆਂ ਜਿਹੜੀਆਂ ਮੁੱਖ ਦੋ ਸ਼੍ਰੇਣੀਆਂ ਕਿਹੜੀਆਂ ਕਿਹੜੀਆਂ ਨੇ, ਪ੍ਰਾਇਮਰੀ ਮੈਮਰੀ ਦੀਆਂ ਕਿਸਮਾਂ ਦੇ ਨਾਂ ਦੱਸੋ, ਫੁੱਲ ਫਾਰਮ ਆਫ ਰੈਮ ਅਤੇ ਰੋਮ। ਅਤੇ ਇਸ ਤਰੀਕੇ ਨਾਲ ਤੁਸੀਂ ਜਿਹੜੇ ਇੱਕ ਸਾਈਡ ਕੁਸ਼ਚਨ ਨੇ ਅਤੇ ਦੂਸਰੀ ਸਾਈਡ ਇਹਦੇ ਜਿਹੜੇ ਆਨਸਰ ਨੇ ਉਹ ਲਿਖਦੇ ਜਾਣੇ ਹੈ। ਤੁਹਾਡੇ ਜਿਹੜੇ ਇਹ ਕੁਸ਼ਚਨ ਨੇ 9-10 ਜ਼ਰੂਰ ਹੋਣੇ ਚਾਹੀਦੇ ਨੇ, ਇਸ ਤੋਂ ਘੱਟ ਨਾ ਹੋਣ, ਕਿਉਂਕਿ ਇਹ ਨਾਲ ਤੁਹਾਡਾ ਜਿਹੜਾ ਲੈਸਨ ਪਲੈਨ ਆ ਉਹ ਛੋਟਾ ਹੋ ਜਾਏਗਾ। ਜਿਵੇਂ ਕਿ ਜਿਹੜੇ ਇੰਨੇ ਕੁ ਕੁਸ਼ਚਨ ਨੇ ਉਹ 5 ਤੋਂ 7 ਮਿੰਟਾਂ ਦੇ ਵਿੱਚ ਸਹੀ ਤਰੀਕੇ ਨਾਲ ਪੜ੍ਹਾਏ ਜਾ ਸਕਦੇ ਨੇ, ਪੁੱਛੇ ਜਾ ਸਕਦੇ ਨੇ ਬੱਚਿਆਂ ਕੋਲੋਂ। ਅਤੇ ਇਹ ਵੀ ਗੱਲ ਧਿਆਨ ਵਿੱਚ ਰੱਖਣੀ ਵੀ ਜਿਹੜਾ ਤੁਸੀਂ ਪ੍ਰਸ਼ਨ ਲਿਖ ਰਹੇ ਹੋ ਉਹਦਾ ਜਿਹੜਾ ਉੱਤਰ ਉਹਦੇ ਬਿਲਕੁਲ ਬਰਾਬਰ ਹੀ ਆਉਂਦਾ ਹੋਣਾ ਚਾਹੀਦਾ। ਹੁਣ ਜਿਵੇਂ ਕਿ ਇੱਥੇ ਸਪੇਸ ਬਚੀ ਸੀ, ਇਹ ਨਹੀਂ ਕਰਨਾ ਕਿ ਤੁਸੀਂ ਕੁਸ਼ਚਨ ਨੂੰ ਇੱਥੇ ਲਿਖਣ ਲੱਗ ਜਾਓ, ਇਸ ਗੱਲ ਦਾ ਤੁਸੀਂ ਨੇ ਪੂਰਾ ਧਿਆਨ ਰੱਖਣਾ ਹੈ ਕਿ ਪ੍ਰਸ਼ਨ ਸਹੀ ਥਾਂ ਦੇ ਉੱਪਰ ਅਤੇ ਉਹਦਾ ਜਿਹੜਾ ਉੱਤਰ ਉਹਦੇ ਬਿਲਕੁਲ ਬਰਾਬਰ ਹੀ ਹੋਣਾ ਚਾਹੀਦਾ ਹੈ। ਇਸ ਸਕਿੱਲ ਦੇ ਜਿਹੜੇ ਕੰਪੋਨੈਂਟਸ ਦੇਖ ਰਹੇ ਹੋ ਤੁਸੀਂ, ਕੰਪੋਨੈਂਟਸ ਅਤੇ ਇੱਧਰ ਰੇਟਿੰਗ, ਕੰਪੋਨੈਂਟਸ ਲਿਖਣ ਦੇ ਨਾਲ ਨਾਲ ਬਰਾਬਰ ਹੀ ਤੁਸੀਂ ਜਿਹੜੀ ਰੇਟਿੰਗ ਹੈ 0, 1, 2, 3, 4, 5, 6 ਨੂੰ ਨੋਟ ਡਾਊਨ ਕਰਨਾ ਹੈ। ਅਤੇ ਉਸ ਤੋਂ ਅੱਗੇ ਆ ਗਿਆ ਸਟਰਕਚਰ, ਮੀਨਸ ਜਿਹੜੇ ਤੁਹਾਡੇ ਕੁਸ਼ਚਨ ਨੇ ਉਹਨਾਂ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੈ। ਅਤੇ ਸਟਰਕਚਰ ਦੇ ਨਾਲ ਨਾਲ ਤੁਸੀਂ ਫਿਰ ਜਿਹੜੇ ਕੰਪੋਨੈਂਟਸ ਇਹਦੇ ਵਿੱਚ ਲਿਖੋਗੇ ਉਹਦੀ ਰੇਟਿੰਗ ਵੀ ਜ਼ਰੂਰ ਕਰਨੀ ਹੈ। ਅਤੇ ਸੀ ਕੁਸ਼ਚਨਿੰਗ ਸਕਿੱਲ ਦੇ ਕੰਪੋਨੈਂਟਸ।